हाँ जी भाई जी सत श्री अकाल सारे नूं। एक ना एक इनू अर्थ स्टिकां कहिंदे ने जिहनूं आपां 11 के भी 11,000 ते काम करदे आ ना लाइन ते, जिहड़ा शॉर्टेज क्रंच हुंदा घरां दे विचों वापसी वूपसी वाला जां उहनूं रोकथाम लई अर्थ स्टिकां ने इह। इह उपर तार दे नाल उत्थे लग जाणियां ने, थले फिर जिहड़ी अर्थ करी हुंदी आ पोल दे नाल उहदे नाल जॉइंट हुंदी आ। ਇਹਦੇ ਨਾਲ ਬਹੁਤ ਜ਼ਿਆਦਾ ਮਤਲਬ ਸੇਫਟੀ ਆ ਬੰਦੇ ਦੀ, ਕੰਮ ਕਰਨ ਵਾਲਿਆਂ ਦੀ, ਕਿਸੇ ਪਾਸੇ ਵੀ ਗਾਹਾਂ ਲੱਗੇ ਨੇ ਬੰਦੇ। ਇਹ ਸਾਡੇ ਲਾਈਨਮੈਨ ਸਾਹਿਬ ਨੇ ਇਹ ਸਾਨੂੰ ਦੇ ਕੇ ਕਰਕੇ ਦਿਖਾਉਣਗੇ ਹੁਣ। ਜਿਹੜਾ ਇਹ ਜੁਆਇੰਟ ਆ ਉਹ ਕਾਬਲ ਆ ਜਿਹੜਾ ਕਸਣ ਲੱਗੇ ਨੂੰ, ਪ੍ਰੋਪਰ ਉਹਦਾ ਕਸਾ ਪੈਣਾ ਚਾਹੀਦਾ ਚੀਜ਼ ਦੇ ਉੱਪਰ, ਢਿੱਲ ਨਾ ਹੋਵੇ ਤਾਂ ਕਿ ਉਹਨੂੰ ਕਰੰਟ ਨੂੰ ਕੋਈ ਰਾਹ ਨਾ ਮਿਲੇ, ਬਸ ਜਾਮ ਹੋ ਜਾਵੇ ਉੱਥੇ ਹੀ ਉਹ। ਕਾ ਸਾਡਾ ਬਾਈ ਗੁਰਚਰਨ ਸਿੰਘ ਵਿੱਕੀ ਚੀਮਾ ਸਾਹਿਬ, ਇਹ ਹੁਣ ਆਪਾਂ ਨੂੰ ਲਾ ਕੇ ਦਿਖਾਉਣਗੇ ਉੱਪਰ। ਐਂ ਫੁੱਲ ਜਾਂਦੀਆਂ ਨੇ ਪਿੰਨਾਂ, ਔਰ ਉਹ ਪਿੰਨ ਦੇ ਨਾਲ ਵੱਡੀ ਹੋ ਜਾਂਦੀ ਹੈ ਸਟਿੱਕ। फिर यह बन गई हूं बाई जी ला के दिखाओगे सानू। ਇਹ ਜ਼ਰੂਰ ਲਾਉਣੀ ਚਾਹੀਦੀ ਆ ਕਿਤੇ ਵੀ 11 KV 'ਤੇ ਕੰਮ ਕਰਨਾ ਨਾ ਆਪਾਂ, ਜਦ ਕਿਸੇ ਪਾਸੇ ਵੀ ਮਤਲਬ ਇਹ ਜ਼ਰੂਰੀ ਆ। ਇਹਦੇ ਨਾਲ ਸੇਫਟੀ ਆ, ਬੰਦਾ ਕੰਮ ਬੇਫਿਕਰ ਹੋ ਕੇ ਕਰ ਲੈਂਦਾ। ਹਾਂ ਉਹ ਦੇਖੋ ਤੁਹਾਨੂੰ ਸ਼ਾਇਦ ਦਿੰਦਾ ਵੀ ਹੋਣਾ, ਉਹ ਟਾਈਟ ਹੁੰਦਾ ਜਿਹੜਾ ਉਹਦਾ ਮੂੰਹ ਜਿਹਾ, ਉਹ ਦੇਖੋ ਤਾਰ ਦੇ ਨਾਲ ਨਾ ਕਲੈਂਪਾ ਉਹ ਬਿਲਕੁਲ ਮਜ਼ਬੂਤ ਹੋ ਕੇ ਨਾ ਫੜ ਲੈਂਦਾ ਉਹਨੂੰ। ਤਿੰਨ ਇਹ ਸਟਿੱਕਾਂ ਨੇ, ਤਿੰਨੇ ਫੇਸਾਂ ਨੂੰ ਲੱਗਣੀਆਂ ਨੇ ਅੱਡੋ ਅੱਡ। ਇਹ ਸਟਿੱਕਾਂ ਨਾਲ ਕਰਕੇ ਨਾ ਕੰਮ ਅਸੀਂ ਅੱਗੇ ਹੋ ਗਈ ਆ ਆਪਣੇ। ਆ ਜੀਓ ਸੱਚ ਆ, ਇਹਦੀ ਰਿਪੇਅਰ ਕਰਨੀ ਆ, ਜੰਪਰ ਜੁੰਪਰ ਯੂ ਵਗੈਰਾ ਬਦਲਣੇ ਨੇ। ਅਤੇ ਇੱਕ ਸੁੱਚ ਤੋਂ ਅੱਗੇ ਇੱਕ ਸੁੱਚ ਤੋਂ ਪਿੱਛੇ, ਇਹ ਜਿਹੜੇ ਅਰਥ ਨੇ ਜ਼ਰੂਰੀ ਨੇ ਦੋਵੇਂ ਪਾਸੇ ਕੰਮ ਕਰਨ ਲਈ। ਇਹ ਕਰੇ ਬਿਨਾਂ ਇਹਨਾਂ ਤੋਂ ਨਾ ਕੰਮ ਕਰਿਆ ਕਰੋ। ਕਿਉਂ ਜਨਰੇਟਰ ਜਨੂਟਰ ਅਗਲਾ ਲਾਈਟ ਭੱਜੀ ਤੇ ਚਲਾ ਦਿੰਦਾ, ਗ੍ਰਿਪ ਵਗੈਰਾ ਨਹੀਂ। ਘਰਾਂ ਦੇ ਵਿੱਚ ਕਈ ਵਾਰੀ ਇਹੋ ਜਿਹਾ ਜਗਾੜੇ ਆ, ਬਸ ਸਿੱਧੀਆਂ ਤਾਰਾਂ ਲਾਈਆਂ ਹੁੰਦੀਆਂ ਡਾਇਰੈਕਟ, ਕੁੰਡੀਆਂ ਜਿਹੀਆਂ ਧਰ ਕੇ ਲਾਈਟ ਆ ਗਈ, ਲਾਹ ਦਿਓ ਲਾਈਟ ਆ ਗਈ, ਭੱਜ ਗਈ ਧਰ ਦਿਓ। ਟਾਈਟ ਕਰ ਲਈ ਵੀ ਕਿ ਦੇਖ ਕੇ ਚੰਗੀ ਤਰ੍ਹਾਂ ਉਹਨੂੰ। ਸਾਡੇ ਹੁਣ ਹਾਂ ਲਾਈਨਮੈਨ ਸਾਹਿਬ ਲਓ ਜੀ, ਤਿੰਨੇ ਫੇਸ ਹੁਣ ਆਪਣੇ ਇਹ ਅਰਥ ਹੋ ਚੁੱਕੇ ਨੇ, ਸ਼ਾਰਟ ਜਿਹਨੂੰ ਆਪਾਂ ਕਹਿ ਲੈਂਦੇ ਹਾਂ ਵੀ ਪੰਜਾਬੀ ਦੇ ਵਿੱਚ ਸ਼ਾਰਟ ਹੋ ਗਏ। ਜਿਹੜਾ ਅੱਗੇ ਕੰਮ ਕਰਨ ਵਾਲਾ ਬੰਦਾ ਬੇਫਿਕਰ ਹੋ ਕੇ ਕੰਮ ਕਰ ਸਕਦਾ।
आ गई तिने फेसन तारा इथे कलंप दे नाल ये कलंपिंग करके जॉइंट करी है तिने अर्थिंग करी हुई है प्रोपर थले हाथ लाई हुई करके नाल करी हुई है सारी ठीक है।